ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਕਿੱਸਾ ਕਾਵ ਵਿੱਚ ਵਾਰਿਸ ਸ਼ਾਹ ਦੀ ਹੀਰ ਜਿਹੜੀ ਕਿ ਅਸੀਂ ਸ਼ੁਰੂ ਕੀਤੀ ਹੋਈ ਹੈ ਤੇ ਇਹਦੇ ਤਿੰਨ ਅਸਰ ਲੇਖ ਅਸੀਂ ਕਰ ਲਏ ਨੇ ਤੇ ਬਾਕੀ ਅੱਜ ਵੀਡੀਓ ਚ ਕੰਪਲੀਟ ਕਰਾਂਗੇ ਤੁਹਾਡਾ ਅਸਰ ਲੇਖ ਹੈ ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ ਤੇ ਪੜਨਾ ਸਟਾਰਟ ਕਰਦੇ ਹਾਂ ਕਹਿੰਦੇ ਕੁਕੇ ਮਾਰ ਹੀ ਮਾਰ ਤੇ ਪਕੜ ਸ਼ਮਕਾ ਪੜੀ ਆਦਮੀ ਤੇ ਕਹਿਰਵਾਨ ਹੋਈ ਤੇ ਕੁਕੇ ਮਾਰ ਮਤਲਬ ਚੀਕ ਮਾਰ ਕੇ ਤੇ ਸ਼ਮਕਾ ਮਤਲਬ ਹੱਥ ਵਿੱਚ ਛੋਟੀਆਂ ਬੋੜੀ ਬੜੀ ਬਰੀਕ ਜਿਹੜੀ ਛੋਟੀ ਹੁੰਦੀ ਹੈ ਉਹ ਫੜੀ ਹੋਈ ਹੀ ਪਰ ਇਹ ਮਤਲਬ ਕਿ ਸੁੰਦਰ ਜੀ ਇਸਤਰੀ ਆਦਮੀ ਮਤਲਬ ਰਾਂਝੇ ਤੇ ਕਹਿਰਵਾਨ ਹੋਈ ਕਹਿੰਦਾ ਕਿ ਜਦੋਂ ਰਾਂਝਾ ਜਿਹੜਾ ਆਪਣੇ ਘਰ ਛੱਡ ਕੇ ਆ ਜਾਂਦਾ ਤੇ ਉਹ ਬਾਗ ਵਿੱਚ ਪਹੁੰਚਦਾ ਜਿੱਥੇ ਕਿ ਹੀਰ ਜਿਹੜੀ ਆਪਣੀ ਸਹੇਲੀਆਂ ਨਾਲ ਹੱਥ ਵਿੱਚ ਸ਼ਮਕਾ ਫੜੀ ਆਂਦੀ ਹੈ ਤੇ ਜਦੋਂ ਉਹ ਵੇਖਦੀ ਰਾਂਝੇ ਨੂੰ ਉਹਦੀ ਮੰਜੀ ਤੇ ਲੰਮੇ ਪਿਆ ਹੋਇਆ ਤਾਂ ਉਹਨੂੰ ਸ਼ਮਕਾ ਮਾਰਦੀ ਮਤਲਬ ਮਾਰਦੀ ਹੈ ਜਿਹੜੀ ਬਰੀਕ ਜੀ ਛੋਟੀਕਾਰ ਉਹ ਸ਼ਮਕਾ ਬਹੁਤ ਜ਼ਿਆਦਾ ਵੱਜਦੀ ਉਹ ਮਾਰਦੀ ਹੈ ਤੇ ਨਾਲੇ ਉਹ ਆਪਣੇ ਸਹੇਲੀਆਂ ਨੂੰ ਕਹਿੰਦੀ ਹੈ ਕਿ ਮਾਰੋ ਇਹਨੂੰ ਹੋਰ ਮਾਰੋ ਠੀਕ ਹੈ ਰਾਂਝੇ ਉੱਠ ਕੇ ਆਖਿਆ ਵਾ ਸੱਜਣਾ ਹੀ ਰਹਾ ਸਕੇ হাসਕੇ ਤੇ ਮਿਹਰਬਾਨ ਹੋਈ ਤੇ ਜਦੋਂ ਰਾਂਜੇ ਨੇ ਉਹਨੂੰ ਵੇਖਿਆ ਅਚਾਨਕ ਉਹਦੀ ਜਾਗ ਖੁੱਲੀ ਸੁੱਤਾ ਦਾ ਹੀ ਜਦੋਂ ਚਾਹ ਖੁੱਲੀ ਤੇ ਉਹਨੇ ਵੇਖਿਆ ਹੀ ਰਵਾਲਤ ਬੜੀ ਸੋਹਣੀ ਜਈ ਹੀ ਤੇ ਉਹਦੇ ਵੱਲ ਵੇਖ ਕੇ ਉਹਨੇ ਵਾਹ ਸੱਜਣਾ ਕਿਹਾ ਤੇ ਹੀਰ ਵੀ ਉਹਦੇ ਵੱਲ ਮੁਸਕਰਾ ਕੇ ਤੇ ਮਤਲਬ ਮੁਸਕਰਾ ਕੇ ਤੇ ਉਹਨਾਂ ਦੇ ਵਿੱਚ ਕੀ ਹੋ ਗਿਆ ਪਿਆਰ ਹੋ ਗਿਆ ਕਹਿੰਦੇ ਕੱਛੇ ਵੰਜਲੀ ਕੰਨਾਂ ਦੇ ਵਿੱਚ ਵਾਲੇ ਜੁਲਫ ਮੁਖਰੇ ਤੇ ਪਰੇਸ਼ਾਨ ਹੋਈ ਤੇ ਜਦੋਂ ਉਹਨਾਂ ਦੇ ਵਿੱਚ ਪਿਆਰ ਪੈ ਗਿਆ ਤੇ ਰਾਂਜੇ ਦੇ ਕਾਸ਼ ਦੇ ਵਿੱਚ ਉਹਨੇ ਵੰਜਲੀ ਜਿਹੜੀ ਫੜੀ ਹੀ ਉਹ ਤੇ ਜਿਹੜੇ ਕੰਨਾਂ ਦੇ ਵਾਲੇ ਹੀ ਤੇ ਜਿਹੜੇ ਜੁਲਫਾਂ ਜਿਹੜੇ ਹੀਰ ਦੇ ਮੁਖ ਤੇ ਜੁਲਫ ਮਤਲਬ ਵਾਲ ਖਿਲਰੇ ਹੋਏ ਹੀ ਜੁਲਫ ਤੇ ਉਹ ਵੀ ਪਰੇਸ਼ਾਨ ਹੋ ਗਿਓ ਉਹਨਾਂ ਦੇ ਪਿਆਰ ਵੇਖ ਕੇ ਤਿੰਨ ਚੀਜ਼ਾਂ ਪਰੇਸ਼ਾਨ ਹੋਈਆਂ ਰੰਜੀ ਦੀ ਵੰਜਲੀ ਉਹਦੇ ਕੰਨਾਂ ਦੇ ਵਾਲ ਤੇ ਹੀਰ ਦੇ ਮੁਖੜੇ ਦੀ ਜਿਹੜੀ ਜੁਲਫ ਹੈ ਪਰੇਸ਼ਾਨ ਹੋਈ ਸੂਰਤ ਜੋਸਫ ਦੀ ਵੇਖ ਤੈਮੂਸ ਬੇਟੀ ਸਨੇਮਾਲ ਕੇ ਬਹੁਤ ਹੈਰਾਨ ਹੋਈ ਕਿੰਦਕੀ ਰਾਂਝੇ ਦੇ ਕੰਨਾ ਦੇ ਵਾਲੇ ਤੇ ਕੰਨਾ ਦੇ ਜਿਹੜੇ ਹੀ ਵਾਲੇ ਤੇ ਕੱਚ ਵਿੱਚ ਪਾਈ ਫੜੀ ਹੋਈ ਵੰਜਲੀ ਤੇ ਹੀਰ ਦੇ ਮੁਖੜੇ ਦੇ ਜਿਹੜੀ ਜੁਲਫੀ ਉਹ ਉਸੇ ਤਰ੍ਹਾਂ ਪਰਿਸਾਨ ਹੋਈ ਜਿਸ ਤਰ੍ਹਾਂ ਕਿ ਜਿਹੜੀ ਤੈਮੂਸ ਦੀ ਬੇਟੀ ਜੂ ਲਿਖਾ ਹੈ ਓ ਯੂਸਫ ਦੇ ਪਿਆਰ ਦੇ ਵਿੱਚ ਜਿਹੜੀ ਹੀ ਖੋ ਗਈ ਤੇ ਉਹਨੂੰ ਵੇਖ ਕੇ ਉਹਨੂੰ ਜਿਹੜੇ ਖੂਹ ਵਿੱਚ ਕੱਢਣ ਵਾਲੇ ਮਾਲਕ ਤੇ ਨਾਲ ਹੀ ਉਹਦੇ ਜਿਹੜਾ ਹੈਗਾ ਇਹ ਨੌਕਰ ਗੁਲਾਮ ਤੇ ਮਾਲਕ ਹੈਰਾਨ ਹੋ ਗਏ ਉਹਨਾਂ ਦੋਨਾਂ ਦੇ ਵਿੱਚ ਪਿਆਰ ਵੇਖ ਕੇ ਕਿਹਦੇ ਵਿੱਚ ਤਮੂਸ ਦੀ ਬੇਟੀ ਝੁਲੇਖਾ ਤੇ ਜੀ ਉਸਬ ਦਾ ਪਿਆਰ ਵੇਖ ਕੇ ਕਹਿੰਦੇ ਕਿ ਨਾਨ ਮਸਤ ਕਲੇ ਜਿਹੜੇ ਵਿੱਚ ਧਾਣੇ ਹੀਰ ਕੋਲ ਕੱਤੀ ਕੁਰਬਾਨ ਹੋਈ ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ ਕਾਈ ਨਹੀਂ ਉਹ ਗੱਲ ਬੇਸਾਨ ਹੋਈ ਫਿਰ ਜਦ ਤੂੰ ਹੀਰ ਤੇ ਰਾਜੇ ਦੇ ਨੈਣ ਜਿਹੜੇ ਇੱਕ ਹੋ ਗਏ ਹੀਰ ਦੇ ਜਿਹੜੇ ਨੈਣ ਆ ਰਾਂਝੇ ਵੱਲ ਵੇਖਦੇ ਹੀ ਉਹਦੇ ਕਲੇਜੇ ਵਿੱਚ ਤਸ ਗਏ ਤੇ ਹੀਰ ਉਹਦੇ ਉਹਦੇ ਉੱਤੇ ਕੁਰਬਾਨ ਹੋ ਗਈ ਫਿਰ ਆਪਣੇ ਮਨ 'ਚ ਸੋਚਦੀ ਹੈ ਕਿ ਚੰਗਾ ਹੋਇਆ ਕਿ ਮੈਂ ਤੈਨੂੰ ਮਾਰ ਨਹੀਂ ਦਿੱਤਾ ਕਹਿੰਦੇ ਇਹ ਤੇ ਮੇਰੀ ਇਹ ਗੱਲ ਜਿਹੜੀ ਮੇਰੇ ਸ਼ਾਨ ਦੇ ਖਿਲਾਫ ਹੁੰਦੀ ਜੇ ਮੈਂ ਤੈਨੂੰ ਮਾਰ ਦਿੰਦੀ ਠੀਕ ਹੈ ਤੇ ਬੇਟਾ ਹਰ ਸਲੈਖ ਦਾ ਜਿਹੜਾ ਪ੍ਰਸੰਗ ਹੈ ਉਹ ਅਲੱਗ-ਅਲੱਗ ਹੈ ਤੇ ਇਹਦੇ ਵਿੱਚ ਪ੍ਰਸੰਗ ਹਾ ਡਾਇਆ ਕਹਿੰਦੇ ਇਹ ਕਾਵੀ ਟੋਟਾ ਸਹਿਤ ਮਾਲਾ ਪੁਸਤਕ ਵਿੱਚ ਦਰਜ ਵਾਰਿਸ਼ਾ ਦੇ ਕਿਛੇ ਹੀਰ ਵਿੱਚੋਂ ਲਿਆ ਗਿਆ ਹੈ ਤੇ ਇਹ ਰਾਂਝੇ ਉਤੇ ਹੀਰ ਦਾ ਮੋਹਿਤ ਨਸਰ ਲੇਖ ਵਿੱਚੋਂ ਲਿਆ ਗਿਆ ਹੈ। ਇਹਨਾਂ ਛਤਰਾਂ ਵਿੱਚ ਕਵੀ ਨੇ ਹੀਰ ਤੇ ਰਾਂਝੇ ਦੀ ਉਸ ਮੁਲਾਕਾਤ ਦਾ ਜ਼ਿਕਰ ਕੀਤਾ ਹੈ ਜਦੋਂ ਹੀਰ ਆਪਣੀਆਂ ਸਹੇਲੀਆਂ ਨਾਲ ਆਉਂਦੀ ਹੈ ਤੇ ਰਾਂਝੇ ਨੂੰ ਆਪਣੀ ਸੇਜ ਮਤਲਬ ਮੰਜੀ ਜਾਂ ਪਲੰਘ ਉੱਤੇ ਸੁੱਤਾ ਵੇਖ ਕੇ ਗੁੱਸੇ ਨਾਲ ਉਸ ਨੂੰ ਮਾਰਦੀ ਹੈ। ਵਿਆਖਿਆ ਵਿੱਚ ਅਸੀਂ ਇਸ ਤਰ੍ਹਾਂ ਲਿਖਾਂਗੇ ਕਵੀ ਕਹਿੰਦਾ ਹੈ ਕਿ ਹੀਰ ਤੇ ਉਸ ਦੀਆਂ ਸਹੇਲੀਆਂ ਨੇ ਹੱਥਾਂ ਵਿੱਚ ਸ਼ਮਕਾਂ ਫੜੀਆਂ ਹੋਈਆਂ ਸਨ ਤੇ ਹੀਰ ਮਾਰੂ-ਮਾਰੂ ਕਹਿ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਪਰੀ ਵਰਗੀ ਸੋਹਣੀ ਹੀਰ ਆਦਮੀ ਮਤਲਬ ਰਾਂਝੇ ਤੇ ਕਹਿਰਵਾਨ ਹੋਵੇ ਹੋਈ ਹੋਵੇ ਜਦੋਂ ਰਾਜੇ ਨੂੰ ਜਾਗ ਆਈ ਤੇ ਉਸਨੇ ਖੂਬਸੂਰਤ ਹੀਰ ਨੂੰ ਵੇਖਿਆ ਉਹ ਉਸਤੇ ਮੋਹਿਤ ਹੋ ਗਈ ਤੇ ਉਸਦੇ ਮੂੰਹੋਂ ਨਿਕਲ ਗਿਆ ਵਾਹ ਸੱਜਣਾ ਫਿਰ ਦੋਹਾਂ ਵਿੱਚ ਪਿਆਰ ਪੈ ਗਿਆ ਇਸ ਮਿਲਾਪ ਦੇ ਸਮੇਂ ਰਾਜੇ ਦੀ ਕਾਸ਼ ਵਿੱਚ ਵੰਜਲੀ ਤੇ ਕੰਨਾਂ ਵਿੱਚ ਪਏ ਵਾਲੇ ਆ ਤੇ ਦੂਜੇ ਪਾਸੇ ਹੀਰ ਦੇ ਮੁਖੜੇ ਉੱਤੇ ਲਟਕਦੀ ਜੁਲਫ ਹੈਰਾਨ ਹੋ ਗਈ ਬਿਲਕੁਲ ਉਸੇ ਤਰ੍ਹਾਂ ਜਿਵੇਂ ਤਮੋਸ ਦੀ ਬੇਟੀ ਜੋ ਲੇਖਾ ਜੋ ਯੂਸਫ ਨੂੰ ਪਿਆਰ ਕਰਦੀ ਸੀ ਉਹਨਾਂ ਦੋਹਾਂ ਦੇ ਪਿਆਰ ਨੂੰ ਵੇਖ ਕੇ ਉਸ ਨੂੰ ਖੂਬ ਵਿੱਚ ਕੱਢਣ ਵਾਲੇ ਗੁਲਾਮਾਂ ਤੇ ਉਹਨਾਂ ਦੇ ਮਾਲਕ ਉਹਨਾਂ ਉੱਪਰ ਹੈਰਾਨ ਹੋ ਗਏ ਸਨ ਕਹਿੰਦੇ ਕਿ ਰਾਂਝੇ ਨੂੰ ਵੇਖਦਿਆਂ ਹੀ ਉਸ ਦੇ ਮਸਤ ਨੈਣ ਹੀਰ ਦੇ ਕਲੇਜੇ ਵਿੱਚ ਤਸ ਗਏ ਤੇ ਉਹ ਉਸ ਤੋਂ ਕੁਰਬਾਨ ਹੋ ਗਏ ਅੱਗੇ ਹੈਗਾ ਕਹਿੰਦੇ ਉਹ ਆਪਣੇ ਦਿਲ ਵਿੱਚ ਰਾਜੇ ਨੂੰ ਕਹਿੰਦੀ ਹੈ ਕਿ ਚੰਗਾ ਹੋਇਆ ਕਿ ਉਸਨੇ ਉਸਨੂੰ ਮਾਰ ਨਹੀਂ ਦਿੱਤਾ ਤੇ ਕੋਈ ਗੱਲ ਉਸ ਦੀਸ਼ਾਨ ਦੇ ਉਲਟ ਨਹੀਂ ਹੋਏ ਬਟ ਇਹਦੇ ਨਾਲ ਹੀ ਕੇਂਦਰੀ ਭਾਵ ਕਰਾਂਗੇ ਕਿ ਹੀਰ ਤੇ ਰਾਜੇ ਇੱਕ ਦੂਜੇ ਦੀ ਸੁੰਦਰਤਾ ਹੀਰ ਤੇ ਰਾਜਾ ਇੱਕ ਦੂਜੇ ਦੀ ਸੁੰਦਰਤਾ ਵੇਖ ਕੇ ਇੱਕ ਦੂਜੇ ਵੱਲ ਮੋਹਿਤ ਹੋ ਗਏ ਤੇ ਜਦੋਂ ਉਹਨਾਂ ਦੀਆਂ ਅੱਖਾਂ ਮਿਲੀਆਂ ਤਾਂ ਉਹਨਾਂ ਦਾ ਵਿੱਚ ਗੂੜਾ ਪਿਆਰ ਪੈ ਗਿਆ ਹੁਣ ਸਾਡਾ ਸੈਕੰਡ ਜਿਹੜਾ ਹੈ ਸਰ ਲੇਖ ਹੈ ਇਸ ਵੀਡੀਓ ਦਾ ਹੀਰ ਦਾ ਸਿੱਧਕ ਕਹਿੰਦੇ ਕਿ ਹੀਰ ਆਖ ਦੀ ਜੋਗਿਆ ਝੂਠ ਬੋਲਨੇ ਕੋਲ ਵਿਛੜੇ ਜਾਰ ਮਲਾਉਂਦਾ ਹੀ ਇਹ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ ਜਿਹੜਾ ਗਿਆਨ ਨੂੰ ਮੋੜ ਲਿਆਂਦਾ ਹੀ ਹੁਣ ਹੀਰ ਦਾ ਵਿਆਹ ਹੋ ਗਿਆ ਠੀਕ ਹੈ ਰਾਂਝਾ ਉਹਦੇ ਪਿਆਰ ਵਿੱਚ ਜੋਗੀ ਹੋ ਗਿਆ ਤੇ ਇੱਕ ਦਿਨ ਕੀ ਕਰਦਾ ਕਿ ਰਾਂਝਾ ਉਹਦੇ ਮਤਲ ਸੋਰੇ ਜਾਂਦਾ ਤੇ ਬੂਹੇ ਦੇ ਵਿੱਚ ਭੀਖ ਮੰਗਦਾ ਜਾ ਕੇ ਤੇ ਉਹ ਜਿਹੜੀ ਹੀਰ ਉਹਨੂੰ ਪਛਾਣ ਲੈਂਦੀ ਹੈ ਤੇ ਪਰ ظاہر ਨਿਪੜ ਗਟ ਨਹੀਂ ਹੋਣ ਦਿੱਤੀ ਕਿ ਮੈਂ ਤੈਨੂੰ ਪਛਾਣ ਲਿਆ ਵਾ ਠੀਕ ਹੈ ਤੇ ਫਿਰ ਉਹ ਰਾਂਝੇ ਨੂੰ ਕਹਿੰਦੀ ਹੈ ਕਿ ਰਾਂਜੇ ਇਸ ਤਰ੍ਹਾਂ ਮਤਲਬ ਕਿ ਤੂੰ ਝੂਠ ਬੋਲਦਾ ਵਾ ਕਿ ਤੂੰ ਆਪਣੀ ਕਰਾਮਾਤ ਨਾਲ ਜਿਹੜਾ ਵਿਛੜਾ ਜਾਰ ਮਲਾਏਗਾ ਕਿਉਂਕਿ ਮੈਨੂੰ ਇਹੋ ਜਿਹਾ ਕੋਈ ਵੀ ਇਨਸਾਨ ਨਹੀਂ ਮਿਲਿਆ ਜਿਹੜਾ ਗਿਆਨ ਨੂੰ ਮੋੜ ਲਿਆ ਹੁੰਦਾ ਹੈ ਕਹਿੰਦੇ ਕਿ ਸਾਡੇ ਚੰਮ ਦੀਆਂ ਜੁੱਤੀਆਂ ਕਰੋ ਕੋਈ ਜਿਹੜਾ ਜੀਉ ਦਾ ਰੋਗ ਗਵਾਉਂਦਾ ਈ ਭਲਾ ਦੱਸ ਹਾਂ ਚਿਰੀ ਵਿਸ਼ੂਨੀਆਂ ਨੂੰ ਕਦੋਂ ਸੱਚਾ ਮੇ ਕਰੇ ਲਿਆਉਂਦਾ ਈ ਫਿਰ ਕਹਿੰਦਾ ਕਿ ਜਿਹੜਾ ਅਹਿਰ ਕਹਿੰਦੀ ਹੈ ਰਾਜੇ ਨੂੰ ਕਿ ਜਿਹੜਾ ਮਿਸ਼ਰਿਆ ਹੋਇਆਂ ਨੂੰ ਮਲਾਂਦਾ ਹੈ ਜੇ ਉਹ ਮੇਰੇ ਚੰਮ ਦੀਆਂ ਚੰਮ ਦੀਆਂ ਮਤਲਬ ਚੰਬੜੀ ਦੀਆਂ ਜੁੱਤੀਆਂ ਵੀ ਬਣਾ ਲਵੇ ਤੇ ਮੈਂ ਕਦੀ ਮਤਲਬ ਸ਼ੀਨੀ ਕਰਾਂਗੀ ਮਤਲਬ ਮੈਨੂੰ ਪੀੜ ਨਹੀਂ ਹੋਏਗੀ ਜਿਹੜਾ ਮੇਰੇ ਹਿਰਦੇ ਦਾ ਇਹ ਰੋਗ ਦੂਰ ਕਰੇਗਾ ਫਿਰ ਕਹਿੰਦਾ ਕਿ ਭਲਾ ਤੂੰ ਮੈਨੂੰ ਦੱਸ ਜੇ ਤੂੰ ਜੋਗੀ ਹੈ ਜਾਂ ਤੂੰ ਕਰਾਮਾਤਨੀ ਹੈ ਤੇ ਮੈਨੂੰ ਦੱਸ ਕਿ ਇੰਨੇ ਚਿੜੀਆਂ ਤੋਂ ਵਿਛੜਿਆ ਹੋਇਆ ਯਾਰ ਨੂੰ ਰੱਬ ਮੈਨੂੰ ਕਦੋਂ ਮਲਾਏਗਾ ਸੱਚਾ ਰੱਬ ਮੈਨੂੰ ਕਦੋਂ ਬਲਾਏਗਾ ਇਦੇ ਵਿੱਚ ਪ੍ਰਸੰਗ ਅਹੀਂ ਇਸ ਤਰ੍ਹਾਂ ਕਰਾਂਗੇ ਕਹਿੰਦੇ ਕਿ ਇਹ ਕਾਵੀ ਟੋਟਾ ਵਾਰਿਸਾ ਦੀ ਹੀਰ ਵਿੱਚੋਂ ਲਿਆ ਗਿਆ ਹੈ ਅਤੇ ਇਹ ਸਹਿਤ ਮਾਲਾ ਪੁਸਤਕ ਵਿੱਚ ਹੀ ਦಾಸੀ ਦੇ ਅਕਸਰ ਲੇਖਿਤ ਦਰਜ ਹੈ ਇਨ੍ਹਾਂ ਸਤਰਾ ਵਿੱਚ ਕਵੀ ਨੇ ਹੀ ਰਾਂਝੇ ਦੇ ਪਿਆਰ ਤੇ ਰਾਂਝੇ ਤੋਂ ਵਿਛੜੀ ਹੀਰ ਦੀ ਮਾਨਸਿਕ ਦਸ਼ਾ ਨੂੰ ਬਿਆਨ ਕੀਤਾ ਹੈ ਜਦੋਂ ਰਾਂਝਾ ਹੀਰ ਦੇ ਬੁਹਿ ਜੋਗੀ ਬਣ ਕੇ ਜਾਂਦਾ ਹੈ ਤਾਂ ਉਹ ਉਸ ਨੂੰ ਪਹਿਚਾਨ ਲੈਂਦੀ ਹੈ ਪਰ ਉਹ ਰਾਂਝੇ ਅੱਗੇ ਇਹ ਪ੍ਰਗਟ ਨਹੀਂ ਹੋਣ ਦਿੰਦੀ ਕਿ ਉਸ ਨੇ ਉਸ ਨੂੰ ਪਹਿਚਾਨ ਲਿਆ ਹੈ ਹੜੀ ਵਿਆਖਿਆ ਵਿੱਚ ਅਸੀਂ ਇਸ ਤਰ੍ਹਾਂ ਲਿਖਾਂਗੇ ਕਿ ਹੀਰ ਰਾਂਜੀ ਨੂੰ ਕਹਿੰਦੀ ਹੈ ਕਿ ਉਹ ਝੂਠ ਬੋਲ ਰਿਹਾ ਹੈ ਉਹ ਆਪਣੀ ਕਰਾਮਾਤ ਮਤਲਬ ਚਮਤਕਾਰ ਕਰਾਮਾਤ ਮਤਲਬ ਚਮਤਕਾਰ ਨਾਲ ਵਿਛੜੇ ਯਾਰਾਂ ਨੂੰ ਮਿਲਾ ਦਿੰਦਾ ਹੈ ਭਲਾ ਰੁੱਸੇ ਹੋਏ ਯਾਰ ਨੂੰ ਕੌਣ ਮਿਲਾ ਸਕਦਾ ਹੈ ਉਹ ਭਾਲ ਭਾਲ ਕੇ ਥੱਕ ਗਈ ਹੈ ਤੇ ਅਜੇ ਹਾ ਉਸ ਨੂੰ ਕੋਈ ਨਹੀਂ ਮਿਲਿਆ ਜਿਹੜਾ ਆਪਣੀ ਕਰਾਮਾਤ ਨਾਲ ਵਿਛੜੇ ਯਾਰ ਨੂੰ ਮੋੜ ਲਿਆਵੇ ਫਿਰ ਹੀਰ ਕਹਿੰਦੀ ਹੈ ਕਿ ਜਿਹੜਾ ਉਸਦੇ ਵਿਛੜੇ ਯਾਰ ਨੂੰ ਮਿਲਾਵੇਗਾ ਓ ਭਾਵੇਂ ਉਸ ਦੇ ਚਮਦਿਆਂ ਜੁੱਤੀਆਂ ਬਣਾ ਕੇ ਪਾ ਲਵੇ ਫਿਰ ਵੀ ਉਸ ਜੀ ਮਤਲਬ ਹਾਈ ਨਹੀਂ ਕਰੇਗੀ ਉਹ ਜੋਗੀ ਰਾਝੇ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਦੱਸੇ ਕਿ ਸੱਚ ਕਿ ਰੱਬ ਉਸ ਦੇ ਚਿਰ ਤੋਂ ਵਿਛੜੇ ਯਾਰ ਨੂੰ ਕਦੋਂ ਮਿਲਾਵੇਗਾ ਠੀਕ ਹੈ ਫਿਰ ਨਾਲ ਹੀ ਇਹਦਾ ਕੇਂਦਰੀ ਭਾਵ ਕਰਾਂਗੇ ਇਸਰਾ ਹੈਡ ਕੇਂਦਰੀ ਭਾਵ ਨਾਲ ਕਰਨ ਦੇ ਨਾਲ ਇਹ ਹੈ ਕਿ ਤੁਹਾਡੀ ਜਿਹੜੀ ਬੈਕ ਸਾਈਜ਼ ਐਕਸਰਸਾਈਜ਼ ਹੈ ਉਹਦੇ ਕੁਐਸਚਨ ਵੀ ਪੂਰੇ ਹੋ ਜਾਂਦੇ ਨੇ ਠੀਕ ਹੈ ਬੇਟਾ ਕਹਿੰਦੇ ਇਹਦੇ ਵਿੱਚ ਕੇਂਦਰੀ ਭਾਵ ਅਸੀਂ ਇਸ ਤਰ੍ਹਾਂ ਲਿਖਾਂਗੇ ਕਿ ਹੀਰ ਰਾਂਝੇ ਦੇ ਵਿਛੋੜੇ ਵਿੱਚ ਬੁਰੀ ਤਰ੍ਹਾਂ ਬਿਹਾਲ ਹੈ ਬਿਹਾਲ ਹੈ ਅਤੇ ਉਹ ਉਸ ਦਾ دیدار ਕਰਨ ਤੇ ਮਿਲਣ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਨੂੰ ਤਿਆਰ ਹੈ ਹੁਣ ਸਾਡਾ ਹੈਗਾ ਲਾਸਟ ਸਲੇਖ ਕਿਸੇ ਦੀ ਸਮਾਪਤੀ ਇਹਦੇ ਵਿੱਚ ਅਸੀਂ ਪੜਾਂਗੇ ਕਹਿੰਦੇ ਖਤਮ ਰੱਬ ਦੇ ਕਰਮ ਨਾਲ ਹੋਈ ਫਰਮਾਇਸ਼ ਪਿਆਰੇ ਜਾਰਦੀ ਸੀ ਐਸਾ ਸ਼ੇਅਰ ਕੀਤਾ ਪੁਜ ਮਗਜ ਮੋਜੀ ਜਹੀ ਮੋਤੀਆਂ ਲੜੀ ਸਵਾਰਦੀ ਸੀ ਤੁਲ ਖੋਲ ਕੇ ਜ਼ਿਕਰ ਬਿਆਨ ਕੀਏ ਜਿਹਾ ਰੰਗ ਤੇ ਖੂਬ ਬਹਾਰਦੀ ਸੀ ਅਗੇ ਗਿਆ ਤਫਸੀਲ ਦੇ ਨਾਲ ਬਿਆਨ ਕੀਤਾ ਜਹੀ ਜਿੰਨਤ ਲਾਲ ਤੇ ਹਾਰਦੀ ਸੀ ਜੋ ਕਿ ਬੜੇ ਸੋ ਪ੍ਰਸੰਨ ਹੋਏ ਵਾ ਵਾ ਸਭ ਖਲਕ ਪੁਕਾਰਦੀ ਸੀ ਵਰਸ਼ਾ ਨੂੰ ਇੱਕ ਸਿੱਕ ਦੀਦਾਰ ਦੀ ਸੀ ਜਿਹ ਹੈ ਜਿਹੀ ਹੀ ਦੁਪੜਕਣਾ ਜਾਰਦੀ ਸੀ ਹੁਣ ਇਹਦੇ ਵਿੱਚ ਬੇਟਾ ਕਿਸੇ ਦੀ ਸਮਾਪਤੀ ਹੋ ਗਈ ਹੈ ਤੇ ਇਹਦੇ ਵਿੱਚ ਕਵੀ ਆਪਣੇ ਬਾਰੇ ਕਹਿ ਰਿਹਾ ਠੀਕ ਹੈ ਵਾਰਿਸ਼ਾ ਆਪਣੇ ਬਾਰੇ ਕਹਿ ਰਿਹਾ ਕਿ ਮੇਰੇ ਦੋਸਤ ਨੇ ਮੇਰੇ ਪਿਆਰੇ ਯਾਰ ਨੇ ਮੈਨੂੰ ਕਿਹਾ ਹੀ ਕਿ ਜਿਹੜੀ ਰਾਂਝੇ ਦੀ ਕਹਾਣੀ ਉਹਨੂੰ ਕਵਿਤਾ ਵਿੱਚ ਲਿਖ ਤੇ ਕਹਿੰਦਾ ਕਿ ਉਹ ਮੈਂ بڑے ਦਿਮਾਗ ਨਾਲ بڑے ਖੋਲ ਕੇ ਤੇ ਜਿਹੜੀ ਕਵਿਤਾ ਹੈ ਉਹਨੂੰ ਸੋਰੀ ਕਿੱਸਾ ਹੈ ਉਹਨੂੰ ਕਵਿਤਾ ਵਿੱਚ ਲੇਖ ਦਿੱਤਾ ਮੈਂ ਹਰ ਇੱਕ ਜ਼ਿਕਰ ਦਾ ਗੱਲ ਬਹੁਤ ਵਧੀਆ ਬਿਆਨ ਕੀਤਾ ਹੈ ਜਿਵੇਂ ਮੋਤੀਆਂ ਦੀ ਲੜੀ ਜਿਹੜੀ ਪਰੋਈ ਹੋਵੇ ਤੇ ਇਸ ਕਿਸੇ ਨੂੰ ਇਸ ਤਰ੍ਹਾਂ ਖੂਬ ਦਿਮਾਗ ਲਾ ਕੇ ਬਿਆਨ ਕੀਤਾ ਹੈ ਜਿਵੇਂ ਕਿ ਜਿਹੜੀ ਸੋਹਣੀ ਬਹਾਰ ਦੇ ਰੰਗ ਹੋਣ ਫਿਰ ਕਹਿੰਦੇ ਕਿ ਜਿਵੇਂ ਇਹੋ ਜਿਹਾ ਹਾਰ ਪਰੋਇਆ ਵਾ ਇਹਦੇ ਵਿੱਚ ਜਿਵੇਂ ਕਿ ਲਾਲ ਜੇ ਮਾਲਾ ਦੇ ਵਿੱਚ ਜਿਹੜਾ ਲਾਲ ਮੋਤੀ ਹੈ ਉਹ ਉਹ ਸਜਾਵਟ ਬੰਦਾ ਹੈ ਤੇ ਕਹਿੰਦਾ ਕਿ ਮੇਰੇ ਇਸ ਕਿਸੇ ਨੂੰ ਜਿਹੜਾ ਵੀ ਪੜੇਗਾ ਉਹ ਬਹੁਤ ਖੁਸ਼ ਹੁੰਦਾ ਵੈ ਤੇ ਸਾਰਾ ਜਹਾਨ ਮੇਰੇ ਜਿਹੜੇ ਸਾਰਾ ਦੁਨੀਆ ਮੇਰੀ ਵਾਹ ਵਾਈ ਕਰ ਰਹੀ ਹੈ ਤੇ ਕਹਿੰਦਾ ਕਿ ਹੀਰ ਜੇ ਕਹਿੰਦਾ ਕਿ ਜਿਹੜਾ ਵਾਰਿਸ਼ ਆ ਕਹਿੰਦਾ ਉਹਨੂੰ ਵੀ ਆਪਣੇ ਯਾਰ ਦੇ ਮਿਲਾਪ ਦੀ ਉਸੇ ਤਰ੍ਹਾਂ ਤੜਫ ਹੈ ਜਿਵੇਂ ਕਿ ਹੀਰ ਨੂੰ ਰਾਂਝੇ ਦੇ ਮਿਲਣ ਦੀ ਠੀਕ ਹੈ ਬੇਟਾ ਇਹਦੇ ਪ੍ਰਸੰਗ ਵਿੱਚ ਅਸੀਂ ਲਿਖਾਂਗੇ ਇੰਦਕ ਇੱਕ ਕਿੱਸਾ ਇਹ ਕਾਵੀ ਟੋਟਾ ਸਹਿ ਵਾਰਿਸ ਸ਼ਾਹ ਦੀ ਹੀਰ ਵਿੱਚ ਲਿਆ ਗਿਆ ਹੈ ਤੇ ਉਹ ਸਹਿਤ ਨਮਾਲਾ ਪਾਠ ਪੁਸਤਕ ਕਿੱਸੇ ਦੀ ਸਮਾਪਤੀ ਸਰਲੇਖੇਟ ਦਰਜਾ ਬਟ ਜਿੱਥੇ ਉਹ ਹੈ ਨਾ ਇਹ ਲਿਖਣਾ ਇਹ ਦੁਬਾਰਾ ਪੜ੍ਹਦੇ ਆ ਇਹ ਕਾਵੀ ਟੋਟਾ ਵਾਰਿਸ ਸ਼ਾਹ ਦੀ ਹੀਰ ਵਿੱਚ ਲਿਆ ਗਿਆ ਹੈ ਇਹ ਤੇ ਇਹ ਸਹਿਤ ਨਮਾਲਾ ਪੁਸਤਕ ਵਿੱਚ ਕਿੱਸੇ ਦੀ ਸਮਾਪਤੀ ਸਰਲੇਖੇਟ ਦਰਜ ਹੈ ਇਨਾ ਸਤਰਾ ਇਹੇ ਸਤਰਾ ਕਿਸੇ ਦੇ ਅੰਤ ਵਿੱਚ ਆਉਂਦੀਆਂ ਹਨ ਤੇ ਇਨਾ ਸਤਰਾ ਵਿੱਚ ਕਵੀ ਨੇ ਕਿਸੇ ਦੀ ਸਮਾਪਤੀ ਇਸ ਦੇ ਸਹਿਤਿਕ guna ਤੇ ਲੋਕਾਂ ਉਪਰ ਪੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ ਵਿਆਖਿਆ ਵਿੱਚ ਲਿਖਾਂਗੇ ਕਵੀ ਕਹਿੰਦਾ ਹੈ ਕਿ ਉਸ ਦੇ ਪਿਆਰੇ ਮਿੱਤਰ ਨੇ ਫਰਮਾਇਸ਼ ਕਰਕੇ ਹੀਰ ਦੀ ਪ੍ਰੀਤ ਕਹਾਣੀ ਨੂੰ ਕਵਿਤਾ ਵਿੱਚ ਲਿਖਣ ਲਈ ਕਿਹਾ ਸੀ ਜੋ ਕਿ ਰੱਬ ਦੀ ਕਿਰਪਾ ਨਾਲ ਪੂਰੀ ਹੋ ਗਿਆ ਇਸ ਕਵਿਤਾ ਵਿੱਚ ਮੈਂ ਪੂਰਾ ਦਿਮਾਗ ਮੈਂ ਮਤਲਬ ਕਵੀ ਨੇ ਮੈਂ ਪੂਰਾ ਦਿਮਾਗ ਲਾ ਕੇ ਇਸ ਤਰ੍ਹਾਂ ਕਵਿਤਾ ਦੇ ਸ਼ੇਰ ਉਚਾਰੇ ਹਨ ਜਿਵੇਂ ਮੋਤੀਆਂ ਦੀ ਲੜੀ ਹੋਵੇ ਤੇ ਇਸ ਕਿੱਸੇ ਵਿੱਚ ਮੈਂ ਸਾਰਾ ਬਿਆਨ ਪੂਰੀ ਵਿਸਤਾਰ ਨਾਲ ਖੋਲ ਕੇ ਪੇਸ਼ ਕਰਦਿਆਂ ਉਹ ਰੰਗ ਪਰ ਭਰੇ ਹਨ ਜੋ ਸੋਹਣੀ ਬਹਾਰ ਦਾ ਰੰਗ ਹੁੰਦਾ ਹੈ ਤੇ ਇਸ ਵਿੱਚ ਉਹ ਸਜਾਵਟ ਭਰੀ ਹੈ ਜੋ ਹਾਰ ਵਿੱਚ ਲਾਲ ਮੋਤੀ ਦੇ ਲੱਗਣ ਨਾਲ ਹੁੰਦੀ ਹੈ ਫਿਰ ਕਹਿੰਦੇ ਜਿਹੜਾ ਵੀ ਇਸ ਕਿੱਸੇ ਨੂੰ ਪੜਦਾ ਹੈ ਉਹ ਖੁਸ਼ ਹੁੰਦਾ ਹੈ ਤੇ ਸਾਰੀ ਦੁਨੀਆ ਇਸ ਕਿਸੇ ਦੀ ਤਾਰੀਫ ਵਿੱਚ ਵਾਹ ਵਾਹ ਕਰ ਰਹੀ ਹੈ ਇਹ ਕਿੱਸਾ ਲਿਖਦੇ ਸਮੇਂ ਵਾਰਿਸਾ ਦੇ ਮਨ ਵਿੱਚ ਆਪਣੇ ਪਿਆਰੇ ਨੂੰ ਮਿਲਣ ਲਈ ਉਸੇ ਤਰ੍ਹਾਂ ਤਾਂਗ ਸੀ ਤਾਂਗ ਜਾਂ ਤੜਫ ਸੀ ਜਿਵੇਂ ਹੀਰ ਦੇ ਮਨ ਵਿੱਚ ਆਪਣੇ ਰਾਜੇ ਯਾਰ ਨੂੰ ਮਿਲਣ ਦੀ ਤੜਫ ਸੀ ਠੀਕ ਹੈ ਬੇਟਾ ਨਾਲ ਹੀ ਹੀ ਕੇਂਦਰੀ ਭਾਵ ਕਰ ਲਾਂਗੇ ਕਹਿੰਦੇ ਕਿ ਵਾਰਿਸਾ ਨੇ ਹੀਰ ਦਾ ਕਿੱਸਾ ਆਪਣੇ ਯਾਰ ਦੀ ਫਰਮਾਇਸ਼ ਉੱਤੇ ਪੂਰਾ ਦਿਮਾਗ ਲਾ ਕੇ ਪੂਰੀ ਤਰ੍ਹਾਂ ਖੋਲ ਕੇ ਤਿਸ਼ਗਾਰ ਕੇ ਲਿਖਿਆ ਹੈ ਜਿਸ ਨੂੰ ਸੁਨਣ ਵਾਲਾ ਹਰ ਕੋਈ ਉਸ ਦੀ ਖੂਬ ਪ੍ਰਸ਼ੰਸਾ ਕਰਦਾ ਹੈ ਤੇ ਬੇਟਾ ਇਹਦੇ ਵਿੱਚ ਜਿਹੜੇ ਦੋ ਕੁਸ਼ਣ ਨੇ ਇਹ ਮੈਨੂੰ ਅਲੱਗ ਲਿਖੇ ਬਾਕੀ ਸਾਰੇ ਸਾਡੇ ਜਿਹੜੇ ਪ੍ਰਸੰਸਾਤ ਵਿਆਖਿਆ ਵਿੱਚੋਂ ਨਿਕਲ ਜਾਣੇ ਨੇ ਇਸ ਕਰਕੇ ਇਹ ਜੁਹੀ ਕਵੈਸ਼ਨ ਜ਼ਰੂਰ ਕਰ ਲੈਣਾ ਜਿਸ ਤਰ੍ਹਾਂ ਕਿ ਪ੍ਰੈਸ਼ਰ ਨੰਬਰ 1 ਵਿੱਚ ਹੈ ਕਿੱਸਾਕਾਰ ਤਖਤ ਹਜ਼ਾਰੇ ਦੀ ਸਿਫਤ ਕਿਵੇਂ ਕਰਦਾ ਹੈ ਕਹਿੰਦੇ ਕਿ ਕਿੱਸਾਕਾਰ ਤਖਤ ਹਜ਼ਾਰੇ ਦੀ ਤਾਰੀਫ ਵਿੱਚ ਕਹਿੰਦਾ ਹੈ ਕਿ ਇਹ ਅਸਮਾਨ ਤੋਂ ਉਤਰਿਆ ਸਵਰਗ ਹੈ ਜਿੱਥੇ ਰਾਂਝਾ ਨੇ ਰੌਣਕ ਲਾਈ ਹੋਈ ਹੈ ਤੇ ਇੱਥੋਂ ਦੇ ਗੱਭਰੂ ਬਾਂਕੇ ਸ਼ੈਲ ਸ਼ਬੀਲੇ ਤੇ ਬੇਪਰਵਾ ਹਨ ਦੂਜਾ ਹਡਕ ਕਵੈਸ਼ਨ ਹੀ ਰਾਂਝੇ ਦੇ ਭਾਈਆਂ ਨੇ ਉਸ ਨੂੰ ਕਿਹੋ ਜਿਹੀ ਜ਼ਮੀਨ ਕਿਹੋ ਜਿਹੀ ਜ਼ਮੀਨ ਰਾਂਝੇ ਨੂੰ ਦਿੱਤੀ ਠੀਕ ਹੈ ਉਸ ਨੂੰ ਜਾਂ ਕਿਹੋ ਜਿਹੀ ਜ਼ਮੀਨ ਜਿਹੜੀ ਰਾਂਝੇ ਨੂੰ ਦਿੱਤੀ ਤੁਹਾਡਾ ਆਨਸਰ ਹੈ ਕਹਿੰਦੇ ਕਿ ਜਦੋਂ ਰਾਂਝੇ ਦਾ ਪਿਤਾ ਮਰ ਗਿਆ ਤੇ ਰਾਂਝੇ ਦੇ ਭਾਈਆਂ ਨੇ ਪੰਚਾਂ ਤੇ ਹਾਜ਼ਰਤ ਕਾਜੀ ਨੂੰ ਰਿਸ਼ਵਤ ਦੇ ਕੇ ਚੰਗੀ ਜ਼ਮੀਨ ਆਪ ਤੇ ਬੰਜਰ ਜ਼ਮੀਨ ਰਾਂਝੇ ਨੂੰ ਦਿੱਤੀ ਠੀਕ ਹੈ ਬੇਟਾ ਬਾਕੀ ਜਿਹੜੇ ਕੁਐਸਚਨ ਹੈ ਉਹ ਤੁਹਾਡੇ ਜਿਹੜੇ ਪ੍ਰਸੰਸਾਤ ਵਿਆਖਿਆ ਕੀਤੀਆਂ ਨੇ ਉਹਦੇ ਵਿੱਚੋਂ ਹੀ ਨਿਕਲਾਣੇ ਨੇ ਠੀਕ ਹੈ ਤੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕਰ ਲਓ ਤੇ ਨੈਕਸਟ ਵੀਡੀਓ ਵਿੱਚ ਅਗਲਾ ਅਸੀਂ ਕਿੱਸਾ ਕਾਵ ਸ਼ੁਰੂ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾ ਪੜੋ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ